ਤੁਸੀਂ ਭਾਅ ਜੀ ਟਰੱਸਟ ਕਰਦੇ ਹੋ? ਜਿੱਦਾਂ ਅਸੀਂ ਹੁਣ ਗੱਲ ਕਰ ਰਹੇ ਸੀ ਕਿ ਇੱਕ ਹਰ ਇੱਕ ਟਾਈਮ ਹੁੰਦਾ, ਰੱਬ ਨੇ ਜੋ ਜਿਸ ਟਾਈਮ ਦੇਣਾ ਹੁੰਦਾ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਓ, ਉਹ ਅਗਰ ਜ਼ੋਰ ਵੀ ਲਗਾਓਗੇ ਤਾਂ ਸ਼ਾਇਦ ਕੰਮ ਨਹੀਂ ਕਦੇ ਚੰਗਾ ਹੁੰਦਾ। ਤੁਸੀਂ ਬਿਲੀਵ ਕਰਦੇ ਹੋ ਇਸ ਚੀਜ਼ ਵਿੱਚ? ਹਾਂ, ਮੇਰੇ ਨਾਲ ਤਾਂ ਹੋਇਆ ਪਹਿਲਾਂ। ਮੈਨੂੰ ਆਇਆ ਸੀ ਮੈਂ ਬਾਹਰ ਜਾ ਕੇ ਸੈਟਲ ਹੋ ਜਾਊਂਗਾ, ਉੱਥੇ ਹੀ ਕੰਮ ਕਰੂੰਗਾ, ਕਿ ਮੇਰਾ ਵੀਜ਼ਾ ਨਹੀਂ ਆਇਆ, ਦਿਸ ਐਂਡ ਦੈਟ। ਬੜਾ ਮੈਂ ਨਾ ਕੋਸਦਾ ਹੁੰਦਾ ਸੀ, ਪਰ ਮੈਨੂੰ ਇਹ ਲੱਗਿਆ ਕਿ ਪਰਮਾਤਮਾ ਨੇ ਜੇ ਮੈਨੂੰ ਇੱਥੇ ਰੱਖਿਆ, ਇੱਥੇ ਮੈਂ ਪੜ੍ਹਾਈ ਕੀਤੀ, ਮਾਸਟਰਸ ਦੇ ਮੈਂ ਥੀਸਿਸ ਦੇ ਵਿੱਚ ਸੀਗਾ ਇੰਜੀਨੀਅਰਿੰਗ ਦੇ, ਜਦੋਂ ਮੇਰੇ ਗਾਣੇ ਚੱਲੇ ਨੇ, ਪਹਿਲਾ ਗਾਣਾ ਚੱਲਿਆ। ਸੋ ਪਰਮਾਤਮਾ ਨੇ ਮੇਰੇ ਲਈ ਰਾਹ ਬਣਾਇਆ ਹੋਇਆ ਸੀ। ਸਿਰਫ ਹੋਣਾ 2-3 ਸਾਲ ਲੇਟ ਸੀ, ਪਰ ਪਰਮਾਤਮਾ ਨੇ ਦੇਖੋ ਕਿੰਨਾ ਸੋਹਣਾ ਨਵਾਜਣਾ ਸੀ। ਐਂਡ ਵਾਲੀ ਉਹੀ ਗੱਲ ਕਿ ਜਦੋਂ ਪਰਮਾਤਮਾ ਛੱਪੜ ਪਾਰ ਕੇ ਵਰਸਾਉਂਦਾ ਨਾ, ਤਾਂ ਆਪਣਾ ਭਾਂਡਾ ਛੋਟਾ ਰਹਿ ਜਾਂਦਾ। ਜਦੋਂ ਪਰਮਾਤਮਾ ਦੀਆਂ ਦਾਤਾਂ ਪਰਮਾਤਮਾ ਦਿੰਦਾ, ਤਾਂ ਯੈਸ, ਉਦੋਂ ਮੈਂ ਇੱਕ ਵਾਰੀ ਡਿਸਹਾਰਟਨਡ ਹੋਇਆ ਸੀ, ਇੱਕ ਵਾਰੀ ਡਿਸਅਪੁਆਇੰਟ ਹੋਇਆ ਸੀ, ਪਰ ਜਦੋਂ ਪਰਮਾਤਮਾ ਨੇ ਮੇਰੇ ਲਈ ਆਹ ਸੋਚਿਆ ਹੋਇਆ ਸੀਗਾ ਨਾ, ਮੈਂ ਤੁਸੀਂ ਇਹ ਦੇਖੋ, ਮੇਰੇ ਕਾਲਜ ਦੀ ਸਟੇਜ, ਉਸ ਸਟੇਜ 'ਤੇ ਜੇ ਕਦੋਂ ਕਿਸੇ ਆਰਟਿਸਟ ਨੇ ਲੱਗਣਾ ਤਾਂ ਸਾਨੂੰ ਸਟੇਜ 'ਤੇ ਚੜ੍ਹਨ ਨਹੀਂ ਸੀ ਦਿੱਤਾ ਜਾਂਦਾ ਨਾ, ਬੈਠਣ ਨਹੀਂ ਸੀ ਦਿੱਤਾ ਜਾਂਦਾ। ਮੇਰੇ 'ਚ ਮੈਨੂੰ ਸ਼ੌਂਕ ਸੀ, ਮੇਰੇ ਮਨ 'ਚ ਵੈਸੇ ਹੀ ਇੱਕ ਦਿਨ ਅਸੀਂ ਦੋਸਤ ਬੈਠੇ, ਮੈਂ ਕਿਹਾ ਯਾਰ ਰੱਬ ਕਿਤੇ ਇਹ ਦਿਨ ਵੀ ਲਿਆਊਗਾ ਵੀ ਆਹ ਸਟੇਜ 'ਤੇ ਗਾਵਾਂਗੇ। ਅੱਛਾ, ਉਹ ਤਾਂ ਵੈਸੇ ਹੀ ਬਚਪਨੇ 'ਚ ਕਿਹਾ। ਮੈਂ ਫਿਰ ਉੱਥੇ ਹੀ ਉਸੇ ਸਟੇਜ 'ਤੇ ਫਿਰ ਮੈਂ ਪੈਸੇ ਲੈ ਕੇ ਜਦੋਂ ਪਰਫੋਰਮ ਕੀਤਾ ਐਜ਼ ਐਨ ਆਰਟਿਸਟ, ਮਤਲਬ ਦਿਨ ਦੇਖੋ, ਮੈਂ ਉਸੇ ਸਟੇਜ 'ਤੇ ਖੜ੍ਹਾ, ਮੈਂ ਸੋਚੀ ਜਾਵਾਂ, ਮੈਂ ਕਿਹਾ ਵੀ ਰੱਬਾ ਇੱਕ ਮਜ਼ਾਕ 'ਚ ਕਈ ਗੱਲ, ਵੈਸੇ ਹੀ ਕਈ ਗੱਲ ਵੀ ਇਹ ਸਟੇਜ 'ਤੇ ਵੀ ਗਾਵਾਂਗੇ ਕਿਸੇ ਦਿਨ। ਅਤੇ ਮੈਂ ਉੱਥੇ ਗਾ ਰਿਹਾ ਸੀਗਾ, ਜਿੱਦਾਂ ਆਡੀਅੰਸ, ਜਿੱਦਾਂ ਮੈਂ ਡਾਂਸ ਕਰਦਾ ਸੀ ਆਡੀਅੰਸ, ਉੱਦਾਂ ਆਡੀਅੰਸ ਡਾਂਸ ਕਰਦੀ ਸੀ ਕਿ ਮੈਂ ਗਾ ਰਿਹਾ ਸੀ। ਐਂਡ ਦੈਟ ਵਾਜ਼, ਇੱਥੋਂ ਪਤਾ ਲੱਗਦਾ ਕਿ ਉਹਨੇ ਰੱਬ ਜੋ ਕਰਦਾ ਚੰਗਾ ਹੀ ਕਰਦਾ, ਪੁੱਠੀਆਂ ਸਿੱਧੀਆਂ ਬੰਦਾ ਹੀ ਕਰਦਾ, ਉਹ ਗੱਲ ਹੈ। ਪਰ ਅਸੀਂ ਸੁੱਖ ਵੇਲੇ ਤਾਂ ਅਰਦਾਸ ਕਰਦੇ ਹੀ ਹਾਂ, ਦੁੱਖ ਵੇਲੇ ਨਾ ਸ਼ਾਇਦ ਰੱਬ ਨੂੰ ਦੋਸ਼ ਦੇਣਾ ਸ਼ੁਰੂ ਕਰ ਦਿੰਦੇ ਹਾਂ। ਸੋ ਮੈਂ ਤੁਹਾਡੇ ਤਿੰਨਾਂ ਤੋਂ ਪੁੱਛਣਾ ਚਾਹਾਂਗੀ, ਤੁਹਾਡੇ ਬਿਜ਼ੀ ਸਕੈਡਿਊਲ ਦੇ ਵਿੱਚੋਂ ਤੁਹਾਡੇ ਕੋਲ ਜਦੋਂ ਟਾਈਮ ਮਿਲਦਾ, ਜਾਂ ਮਤਲਬ ਕਿੰਨਾ ਟਾਈਮ ਤੁਸੀਂ ਰੱਬ ਨੂੰ ਮਤਲਬ ਆਪਣਾ ਡਿਵੋਟ ਕਰਦੇ ਹੋ? ਪਹਿਲਾ ਸਵਾਲ, ਅੱਛਾ, ਮਤਲਬ ਮੈਨੂੰ ਇਹ ਲੱਗਦਾ ਕਿ ਇਹਦਾ ਕੋਈ ਟਾਈਮ ਨਹੀਂ ਹੁੰਦਾ ਸ਼ੁਕਰਾਨੇ ਦਾ। ਹਰ ਵਕਤ ਹੀ, ਚਾਹੇ ਤੁਸੀਂ ਡਰਾਈਵ ਕਰ ਰਹੇ ਹੋ, ਬੈਠੇ ਹੋ ਕਿਤੇ ਮਹਿਫਲ 'ਚ ਬੈਠੇ ਹੋ, ਕੱਲ੍ਹ ਤੁਹਾਡੇ ਦਿਲ 'ਚ ਉਹ ਚੀਜ਼ ਵਾਰ ਵਾਰ ਸਟ੍ਰਾਈਕ ਕਰਨੀ ਚਾਹੀਦੀ ਹੈ ਕਿ ਇਹ ਜੋ ਸਭ ਕੁਛ ਹੋਇਆ ਜਾਂ ਹੋ ਰਿਹਾ, ਇਹ ਪਰਮਾਤਮਾ ਤੇਰੇ ਕਰਕੇ ਹੋਇਆ। ਅਸੀਂ ਇੰਨੇ ਜੋਗੇ ਨਹੀਂ ਸੀਗੇ, ਰਸਤਾ ਦਿਖਾਉਣ ਵਾਲਾ ਵੀ ਮਾਲਕ ਆਪ ਹੈ ਅਤੇ ਭਾਗ ਲਾਉਣ ਵਾਲਾ ਵੀ ਪਰਮਾਤਮਾ ਆਪ ਹੈ। ਅਤੇ ਹਰ ਵਕਤ ਹੀ, ਮੈਂ ਤਾਂ ਕੋਈ ਫਿਕਸ ਟਾਈਮ ਨਹੀਂ ਹੈ, ਹਰ ਵਕਤ ਸ਼ੁਕਰਾਨਾ ਕਰਦਾ, ਸਪੈਸ਼ਲੀ ਸਵੇਰੇ ਉੱਠ ਕੇ। ਮਤਲਬ ਸਵੇਰੇ ਉੱਠ ਕੇ ਜਿਹੜੇ 2-3 ਮਿੰਟ ਹੁੰਦੇ ਆ, ਮੈਂ ਆਪਦੇ ਵੱਲੋਂ ਦਿਲੋਂ ਜਿੰਨੇ ਕੁ ਵੀ ਲਫ਼ਜ਼ ਯੂਜ਼ ਕਰਕੇ ਕਰ ਸਕਦਾ, ਉਹ ਮੈਂ ਦਿਲੋਂ ਕਰਦਾ ਕਿ ਪਰਮਾਤਮਾ ਤੇਰਾ ਬਹੁਤ ਬਹੁਤ ਸ਼ੁਕਰੀਆ, ਇੱਕ ਦਿਨ ਹੋਰ ਮਿਲ ਗਿਆ, ਇੰਨੀ ਸੋਹਣੀ ਮਤਲਬ ਫੈਮਿਲੀ, ਸਾਰਾ ਕੁਛ ਮੈਨੂੰ ਮਿਲਿਆ, ਦੋਸਤ ਯਾਰ ਮਿੱਤਰ, ਕਰੀਅਰ, ਮੇਰੀ ਹੋਬੀ, ਮੇਰਾ ਰੁਜ਼ਗਾਰ ਵੀ ਬਣ ਗਈ। ਸੋ ਹਰ ਵਕਤ ਸ਼ੁਕਰਾਨਾ। ਮੈਨੂੰ ਲੱਗਦਾ ਕਿ ਪੋਜ਼ਿਟਿਵ ਰਹਿਣਾ, ਯੂ ਨੋ, ਪੋਜ਼ਿਟਿਵਿਟੀ ਵੀ ਇਹਦਾ ਵੀ ਮਤਲਬ ਹੈ ਕਿ ਤੁਸੀਂ ਸ਼ੁਕਰਾਨੇ 'ਚ ਆ, ਗ੍ਰੇਟਫੁਲਨੈਸ ਆ। ਸੋ ਆਈ ਥਿੰਕ, ਮਤਲਬ ਮੈਂ ਤਾਂ 24 ਘੰਟੇ ਪੋਜ਼ਿਟਿਵ ਰਹਿੰਦੀ ਹਾਂ, ਸੋ ਆਈ ਥਿੰਕ ਮੋਰਨਿੰਗ ਟਿਲ ਨਾਈਟ ਆਈ ਐਮ। ਤੁਹਾਡੇ ਤੋਂ ਤਾਂ ਵਾਈਬਸ ਹੀ ਪੋਜ਼ਿਟਿਵ ਬੜੀ ਆਉਂਦੀ ਹੈ ਜੀ। ਹਾਂਜੀ, ਬਿਲਕੁਲ, ਹਰ ਇੱਕ ਸਾਹ ਨਾਲ, ਆਲ ਦਾ ਟਾਈਮ, ਦਿਨੇ ਰਾਤ ਨੂੰ ਸੌਣ ਤੋਂ ਪਹਿਲਾਂ, ਸਵੇਰੇ ਉੱਠਣ ਤੋਂ ਪਹਿਲਾਂ, ਜਦੋਂ ਵੀ ਕੋਈ ਜ਼ਿੰਦਗੀ 'ਚ ਲੱਗਦਾ ਕਿ ਬਹੁਤ ਬੁਰਾ ਹੋ ਰਿਹਾ, ਤਾਂ ਵੀ ਕਹੀਦਾ ਮਹਾਰਾਜ ਸ਼ੁਕਰ ਹੈ ਤੇਰਾ, ਇਹ ਵੀ ਤੇਰਾ ਹੀ ਭਾਣਾ। ਜਦੋਂ ਕੁਛ ਬਹੁਤ ਚੰਗਾ ਹੋ ਰਿਹਾ, ਉਦੋਂ ਵੀ ਕਹੀਦਾ ਕਿ ਪਰਮਾਤਮਾ ਬਹੁਤ ਬਹੁਤ ਸ਼ੁਕਰ ਹੈ, ਇਹ ਖੁਸ਼ੀਆਂ ਵੀ ਤੇਰੀਆਂ ਨੇ ਅਤੇ ਗਮ ਵੀ ਤੇਰੇ ਨੇ ਜੀ। ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 Wood, ਅਤੇ ਬੈੱਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।